भाई जिदन पानी चढ़िया ना उदन साडा मुंडा हर्षदीप सिंह आपदी मम्मी नूं नल पिंड च छड्ड के वापस आ रहा सी, मोटरसाइकिल समेत रुड़ गया। हुण इत्थे असीं बच्चा लभ रहे सी आपदा पानी विच, उधर लभ रहे सी, इधरों राणा चले गया ਤੇ ਇਹ ਪਤਾ ਨਹੀਂ ਕੀ ਉੱਥੇ ਲੈਣ ਗਿਆ, ਸਾਨੂੰ ਨਹੀਂ ਪਤਾ। ਰਾਣਾ ਕੌਣ ਹੈ ਜੀ? ਰਾਣਾ ਜ਼ਿਕਰ ਕਰ ਰਹੇ ਹੋ? ਰਾਣਾ ਹੈਗਾ ਰਤਨ ਸਿੰਘ ਕਾਕੜ ਕਲਾਂ ਦਾ, ਆਮ ਆਦਮੀ ਦਾ ਉਹ ਹੈਗਾ ਲੀਡਰ, ਉਹਦਾ ਪੀਏ ਆ, ਉਹਦਾ ਪੀਏ ਆ। ਇਹਦੇ ਡੱਬ 'ਚ ਪਿਸਟਲ ਸੀ, ਇਹਨੇ ਸਾਡੀ ਕੁੜੀ ਨੂੰ ਨਾ ਤੱਕਾ ਮੁੱਕੀ ਮਾਰਤਾ, ਚਪੇੜ ਮਾਰਤੀ। ਜਦੋਂ ਚਪੇੜ ਮਾਰਤੀ ਤੇ ਗਾਲ ਵੀ ਕੱਢ ਦਿੱਤੀ ਉਹਨੇ ਨੂੰ, ਅਸੀਂ ਵੀ ਆ ਗਏ। ਮੈਂ ਉਹਨੂੰ ਕਿਹਾ ਵੀ ਸਾਡੀ ਭੈਣ ਹਿਸਾਬ ਨਾਲ ਬੋਲ, ਮੈਨੂੰ ਵੀ ਤੱਕਾ ਮਾਰਤਾ। ਇਹ ਮੁੰਡੇ ਸਾਡੇ ਵੀ ਪੰਜ ਸੱਤ ਖੜੇ, ਫਿਰ ਇਹਨਾਂ ਨੇ ਚਾਰ ਪੰਜ ਰੱਖਤੀਆਂ ਉਹਦੇ, ਅਤੇ ਉੱਥੇ ਪਿਸਟਲ ਸੱਟ ਕੇ ਅਤੇ ਪੱਗ ਸੱਟ ਕੇ ਭੱਜਿਆ, ਅਤੇ ਹੁਣ ਜਾ ਕੇ ਲੋਹੀਆਂ ਦਾਖਲ ਹੋ ਗਿਆ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਅਸੀਂ ਚਾਰ ਪੰਜ ਉਹਦੇ ਰੱਖ ਦਿੱਤੀਆਂ, ਹੁਣ ਉਹ ਦਾਖਲ ਹੋ ਗਏ ਨੇ, ਹੁਣ ਤੁਹਾਨੂੰ ਕਿਉਂ ਡਰ ਸਤਾ ਰਿਹਾ ਬਾਈ ਜੀ? ਤੁਸੀਂ ਕਹਿ ਰਹੇ ਨਾ ਥੋੜ੍ਹੀ ਦੇਰ ਪਹਿਲਾਂ ਵੀਰ ਜੀ ਵੀ ਭਗਵੰਤ ਮਾਨ ਸਾਹਿਬ ਜੀ ਕਹਿ ਰਹੇ ਆ ਵੀ ਅਸੀਂ ਤਾਂ ਹਾੜ ਪੀੜਾਂ ਦੀ ਮਦਦ ਕਰ ਰਹੇ ਹਾਂ। ਬਿਲਕੁਲ ਸਹੀ ਆ ਭਾਜੀ, ਮਦਦ ਕਰ ਰਹੇ ਹਾਂ, ਪਿਸਟਲਾਂ ਦੇ ਸਿਰ 'ਤੇ ਸਾਡੀ ਮਦਦ ਕਰ ਰਹੇ ਆ, ਇੱਥੇ ਸਾਨੂੰ ਆ ਕੇ ਗੋਲੀਆਂ ਵਿਖਾਉਂਦੇ ਆ, ਪਿਸਟਲ ਦਿਖਾਉਂਦੇ ਆ, ਇਹ ਇਹਦੀ ਲੀਡਰ ਆ। ਬਹੁਤ ਵਧੀਆ ਭਗਵੰਤ ਮਾਨ ਸਿੰਘ, ਬਹੁਤ ਵਧੀਆ, ਗੋਲੀਆਂ ਦੇ ਸਿਰ 'ਤੇ ਸਾਨੂੰ ਧਮਕਾ ਰਿਹਾ, ਡਰਾ ਰਿਹਾ ਸਾਨੂੰ, ਫੇਕ ਹੀ ਅੱਜ ਹਾੜ ਦੇ ਮਾਰੇ ਆ। ਸਰਕਾਰ ਆ 5 ਸਾਲਾਂ ਡਿੱਗ ਜੂਗੀ, ਫੇਰ ਸਰਕਾਰ ਕੋਈ ਹੋਰ ਹੋ ਜੂਗੀ, ਪਰ ਤੇਰੇ ਵਾਂਗੂ ਤੇਰੇ ਜਿੰਨੀ ਸੋਚ ਮਾੜੀ ਮੈਨੂੰ ਨਹੀਂ ਲੱਗਦਾ ਕੋਈ ਮਾੜੀ ਸੋਚ ਵਾਲਾ ਹੋਊਗਾ। ਜਿਹੜੇ ਇੱਥੇ ਲੀਡਰ ਪਹੁੰਚਦੇ ਨੇ ਫੋਟੋ ਖਿਚਾ ਕੇ ਜਾਂਦੇ ਨੇ ਤੁਹਾਡੇ ਕੋਲ, ਉਹਨਾਂ ਨੂੰ ਤੁਸੀਂ ਸਵਾਲ ਕਰਦੇ ਵੀ ਭਾਈ ਹੈਲਪ ਕਿਉਂ ਨਹੀਂ ਕਰ ਰਹੇ ਸਾਡੀ? ਭਾਜੀ ਜਦੋਂ ਅਸੀਂ ਸਵਾਲ ਕਰਦੇ ਹਾਂ ਅੱਗੋਂ ਪਿਸਟਲ ਕੱਢ ਲੈਂਦੇ, ਸਵਾਲ ਕੀ ਕਰੀਏ ਉਹਨਾਂ ਨੂੰ? ਪੰਜਾਬੀ ਲੋਕ ਚੈਨਲ 'ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ। ਦੋਸਤੋ, ਕੁਝ ਦਿਨ ਪਹਿਲਾਂ ਇੱਕ ਖਬਰ ਵਾਇਰਲ ਹੁੰਦੀ ਹੈ, ਇੱਕ ਨੌਜਵਾਨ ਦੀ ਚਲਦੇ ਪਾਣੀ ਦੇ ਵਿੱਚ ਡੁੱਬਣ ਦੇ ਨਾਲ ਮੌਤ ਦੀ ਖਬਰ ਵਾਇਰਲ ਹੁੰਦੀ ਹੈ, ਤਾਂ ਅੱਜ ਅਸੀਂ ਲੋਹੀਆਂ ਖੇਤਰ ਦੇ ਵਿੱਚ ਮੌਜੂਦ ਹਾਂ, ਇਹ ਪਰਿਵਾਰਕ ਮੈਂਬਰ ਬੈਠੇ ਨੇ ਅਰਸ਼ਦੀਪ ਸਿੰਘ ਦੇ, ਤਾਂ ਇਹ ਪੰਜਾਬ ਸਰਕਾਰ ਮੁਰਦਾਬਾਦ ਦੀ ਨਾਅਰੇਬਾਜ਼ੀ ਕਰ ਰਹੇ ਨੇ, ਤਾਂ ਇਹਨਾਂ ਤੋਂ ਕਾਰਨ ਜਾਣਦੇ ਹਾਂ ਕਿ ਕਿਉਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾ ਰਹੇ ਹੋ। ਬਾਈ ਜੀ, ਕੀ ਕਾਰਨ ਪੈ ਗਿਆ ਜਿੱਥੇ ਅੱਤ ਦੀ ਗਰਮੀ ਦੇ ਵਿੱਚ ਬੈਠੇ ਹੋ ਤੁਸੀਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾ ਰਹੇ ਹੋ ਜੀ? ਭਾਈ ਜਿੱਦਣ ਪਾਣੀ ਚੜਿਆ ਨਾ ਉਦਣ ਸਾਡਾ ਮੁੰਡਾ ਅਰਸ਼ਦੀਪ ਸਿੰਘ ਆਪਦੀ ਮੰਮੀ ਨੂੰ ਨਲ ਪਿੰਡ 'ਚ ਛੱਡ ਕੇ ਵਾਪਸ ਆ ਰਿਹਾ ਸੀ, ਮੋਟਰਸਾਈਕਲ ਸਮੇਤ ਰੁੜ ਗਿਆ, ਲੁੜ ਗਿਆ। ਅਤੇ ਰਾਤ ਦੇ 11 ਵਜੇ ਹੋਏ ਸੀ ਸ਼ਾਇਦ, 10:30-11 ਦਾ ਟਾਈਮ ਸੀ, ਟਾਈਮ ਨਹੀਂ ਪੂਰਾ ਯਾਦ। ਲੁੜ ਗਿਆ ਅਤੇ ਅਸੀਂ ਉਹਨੂੰ ਲੱਭ ਰਹੇ ਹਾਂ ਅਸੀਂ, ਪ੍ਰਸ਼ਾਸਨ ਨੂੰ ਫੋਨ ਕੀਤਾ, ਪਹਿਲਾਂ ਮੈਂ ਫੋਨ ਕੀਤਾ SDM ਸਾਹਿਬ ਨੂੰ, ਉੱਥੇ ਉੱਪਰ ਫੋਨ ਕੀਤਾ, SSP ਸਾਹਿਬ ਨੂੰ ਫੋਨ ਕੀਤਾ, SHO ਨੇ ਮੇਰਾ ਫੋਨ ਨਹੀਂ ਚੱਕਿਆ। ਮੈਂ ਉਹਨੂੰ 4-5 ਕਾਲਾਂ ਕੀਤੀਆਂ ਵੀ ਸਰ ਸਾਡਾ ਬੰਦਾ ਇੱਦਾਂ ਡੁੱਬ ਗਿਆ, ਸਵੇਰੇ ਕੀਤੀਆਂ 4 ਵਜੇ ਤੋਂ ਲੈ ਕੇ 7 ਵਜੇ ਤੱਕ ਕਰਦੇ ਰਹੇ SHO ਨੇ। ਬਾਅਦ 'ਚ ਨਾ SHO ਦਾ ਗੰਨਮੈਨ ਨਾ ਦਲਦਾਰ ਸਿੰਘ, ਉਹਨੇ ਫੋਨ ਚੱਕਿਆ ਅਤੇ ਉਹਨੇ ਗੱਲ ਕੀਤੀ, ਉਹਨੇ 2 ਮੁਲਾਜ਼ਮ ਭੇਜੇ, ਕਸ਼ਮੀਰ ਸਿੰਘ ਨੇ ਉੱਥੇ ਆ ਕੇ ਨਾਂ ਨੂੰ ਲਿਖ ਕੇ ਅਤੇ ਫੋਟੋ ਲੈ ਕੇ ਚਲੇ ਗਿਆ। ਉਦੋਂ ਬਾਅਦ ਸਾਡੇ ਕੋਲ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ, ਫਿਰ SDM ਤਹਿਸੀਲਦਾਰ ਉੱਪਰ ਤੱਕ ਅਸੀਂ ਫੋਨ ਲਾਏ, ਕੋਈ ਵੀ ਬੰਦਾ ਨਹੀਂ ਆਇਆ। ਇੱਦਾਂ ਕਹਿ ਜਾਂਦੇ ਸੀ ਅਸੀਂ ਆਉਂਦੇ ਪਏ ਹਾਂ, ਬੇੜੀਆਂ ਦਿੰਦੇ ਪਏ ਹਾਂ। ਫਿਰ ਬਲਕਾਰ ਸਿੰਘ ਇੱਕ ਹੈਗਾ ਵਾ ਆਪਣੇ ਮੰਤਰੀ ਆ ਕਰਤਾਰਪੁਰ ਦਾ ਕੋਈ, ਉਹ ਆਇਆ ਸਾਡੇ ਕੋਲ, ਉੱਥੇ ਬਾਬਿਆਂ ਦੀ ਕੁੜੀਆਂ ਪੁੱਛਣ ਆਇਆ, ਸਾਡੇ ਕੋਲ ਬੈਠਾ ਰਿਹਾ, ਬੈਠ ਕੇ ਸਾਨੂੰ ਕਹਿੰਦਾ ਵੀ ਮਦਦ ਕਰੀ ਚਾਹੀਦੀ ਸੀ ਕਿ ਸਾਰਾ ਇੱਕ ਬੇੜੀ ਦੇ ਦਿਓ, ਬਸ ਇਹੀ ਚਾਹੀਦੀ ਸਾਨੂੰ। ਕਹਿੰਦਾ ਠੀਕ ਆ। ਹੁਣ ਇੱਥੇ ਕਿਉਂ ਕਤਰਤਾ ਕੀਤੀ ਹੈ, ਇੱਥੇ ਕਿਉਂ ਮਾਹੌਲ ਗਰਮਾਇਆ ਬਾਈ ਜੀ? ਹੁਣ ਇੱਥੇ ਅਸੀਂ ਬੱਚਾ ਲੱਭ ਰਹੇ ਸੀ ਆਪਦਾ ਪਾਣੀ ਵਿੱਚ, ਉੱਧਰ ਲੱਭ ਰਹੇ ਸੀ, ਇੱਧਰੋਂ ਇਹ ਰਾਣਾ ਚਲੇ ਗਿਆ, ਅਤੇ ਇਹ ਪਤਾ ਨਹੀਂ ਕੀ ਉੱਥੇ ਲੈਣ ਗਿਆ, ਸਾਨੂੰ ਨਹੀਂ ਪਤਾ। ਰਾਣਾ ਕੌਣ ਹੈ ਜੀ? ਰਾਣਾ ਜ਼ਿਕਰ ਕਰ ਰਹੇ ਹੋ? ਰਾਣਾ ਹੈਗਾ ਰਤਨ ਸਿੰਘ ਕਾਕੜ ਕਲਾਂ ਦਾ, ਆਮ ਆਦਮੀ ਦਾ ਉਹ ਹੈਗਾ ਲੀਡਰ, ਉਹਦਾ PA ਆ, ਉਹਦਾ PA ਆ। ਇਹਦੇ ਡੱਬ 'ਚ ਪਿਸਟਲ ਸੀ, ਇਹਨੇ ਸਾਡੀ ਕੁੜੀ ਨੂੰ ਨਾ ਤੱਕਾ ਮੁੱਕੀ ਮਾਰਤਾ, ਚਪੇੜ ਮਾਰਤੀ। ਜਦੋਂ ਚਪੇੜ ਮਾਰਤੀ ਤੇ ਗਾਲ ਵੀ ਕੱਢ ਦਿੱਤੀ ਉਹਨੇ ਨੂੰ, ਅਸੀਂ ਵੀ ਆ ਗਏ। ਮੈਂ ਉਹਨੂੰ ਕਿਹਾ ਵੀ ਸਾਡੀ ਭੈਣ ਹਿਸਾਬ ਨਾਲ ਬੋਲ, ਮੈਨੂੰ ਵੀ ਤੱਕਾ ਮਾਰਤਾ। ਅਤੇ ਮੈਂ ਕਿਹਾ ਜਾ ਪਰੇ ਕੰਮ ਕਰ ਆਪਦਾ, ਇਹਦਾ ਤੱਕਾ ਮਾਰਿਆ ਤਾਂ ਪਿਸਟਲ ਕੱਢਣ ਲੱਗ ਪਿਆ। ਇਹ ਮੁੰਡੇ ਸਾਡੇ ਵੀ 5-7 ਖੜੇ ਸੀ, ਫਿਰ ਇਹਨਾਂ ਨੇ 4-5 ਰੱਖਤੀਆਂ ਉਹਦੇ, ਅਤੇ ਉੱਥੇ ਪਿਸਟਲ ਸੱਟ ਕੇ ਅਤੇ ਪੱਗ ਸੱਟ ਕੇ ਭੱਜਿਆ, ਅਤੇ ਹੁਣ ਜਾ ਕੇ ਲੋਹੀਆਂ ਦਾਖਲ ਹੋ ਗਿਆ। ਅਸੀਂ ਕਹਿੰਦੇ ਵੀ ਸਾਡੇ 'ਤੇ ਕਾਨੂੰਨੀ ਕਾਰਵਾਈ ਗਲਤ ਨਾ ਹੋ ਜਾਵੇ, ਜੋ ਸਹੀ SHO ਇਨਵੈਸਟੀਗੇਟ ਕਰਕੇ ਸਹੀ ਪਰਚਾ ਦੇਵੇ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਅਸੀਂ 4-5 ਉਹਦੇ ਰੱਖ ਦਿੱਤੀਆਂ, ਹੁਣ ਉਹ ਦਾਖਲ ਹੋ ਗਏ ਨੇ, ਹੁਣ ਤੁਹਾਨੂੰ ਕਿਉਂ ਡਰ ਸਤਾ ਰਿਹਾ ਬਾਈ ਜੀ? ਭਾਅ ਜੀ, ਤੱਕਾ ਤਾਂ ਉਹ ਬਦਮਾਸ਼ੀਆਂ ਕਰਦਾ ਜਾ ਕੇ, ਪਹਿਲਾਂ ਕੁੜੀ ਨੂੰ ਉਹਨੇ ਚਪੇੜ ਮਾਰੀ, ਅਸੀਂ ਨਹੀਂ ਮਾਰੀ, ਪਹਿਲਾਂ ਉਹਨੇ ਮਾਰੀ, ਬਾਅਦ 'ਚ ਅਸੀਂ ਉਹਦੇ ਹੱਥ ਚੱਕਿਆ, ਪਹਿਲਾਂ ਨਹੀਂ ਅਸੀਂ ਉਹਨੂੰ ਛੇੜਿਆ, ਅਸੀਂ ਨਾ ਉਹਦੇ ਨਾਲ ਗੱਲ ਕੀਤੀ, ਨਾ ਅਸੀਂ ਬੁਲਾਉਂਦੇ ਉਹਨੂੰ, ਅਸੀਂ ਬੁਲਾਉਂਦੇ ਨਹੀਂ। ਉਹ ਬੰਦਾ ਹੈਗਾ ਅਹੰਕਾਰ ਦੇ ਵਿੱਚ ਬਦਮਾਸ਼ੀ ਟੈਪ, ਅਸੀਂ ਨਹੀਂ ਬੁਲਾਇਆ, ਪਤਾ ਨਹੀਂ ਸਾਡੀ ਕੁੜੀ ਕੋਲ ਆਪ ਜਾ ਕੇ ਖੜੋਤਾ, ਪਾਣੀ ਦੇ ਵਿੱਚ ਕੁੜੀ ਸਾਡੀ ਖੜੀ ਆ, ਉੱਥੇ ਜਾ ਕੇ ਆਪ ਖੜੋ, ਉਹਦੇ ਨਾਲ ਗੱਲਬਾਤ ਕਰਨ ਲੱਗ ਪਿਆ। ਤੁਸੀਂ ਬਾਈ ਜੀ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਵੱਲੋਂ ਤੁਹਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ, ਮਾਨ ਸਾਹਿਬ ਦਾ ਬਿਆਨ ਆਉਂਦਾ, ਕਹਿੰਦਾ ਕਿ ਉਹ ਕਹਿੰਦੇ ਨੇ ਕਿ ਅਸੀਂ ਲੋਕਾਂ ਦੀ ਮਦਦ ਕਰ ਰਹੇ ਹਾਂ ਜਿਹੜੇ ਲੋਕ ਹੜ੍ਹ ਪੀੜਤ ਨੇ ਜਾਂ ਇਸ ਮੁਸੀਬਤ ਦੀ ਘੜੀ ਦੇ ਵਿੱਚ ਨੇ। ਭਾਅ ਜੀ, ਇਹ ਬੰਦਾ ਇੰਨਾ ਧੱਕਾ ਕਰਦਾ ਇਲਾਕੇ 'ਚ, ਮੈਂ ਆਪ ਆਮ ਆਦਮੀ ਨੂੰ ਖੁਦ ਵੋਟਾਂ ਪਾਈਆਂ, ਮੈਂ ਤਾਂ ਵੀਡੀਓ ਦੇ ਦੂੰਗਾ। ਇਹ ਰਤਨ ਸਿੰਘ ਕਾਕੜ ਕਲਾਂ ਇੰਨਾ ਧੱਕਾ ਕਰਦਾ, ਨਜਾਇਜ਼ ਪਰਚਾ ਲੋਕਾਂ 'ਤੇ ਕਰਾ ਦਿੰਦਾ।
इहो जिहा बंदा इहने कोई इत्थे सीधा काम नहीं कीता, इहनू कोई साडे पिंडां च वड़न नहीं दिंदा, इहनू कोई मूंह नहीं लाउंदा। पर कल दे तां रतन सिंह काकड़कला इत्थे बैठे ने, उह कहिंदे असीं जिहड़े लोकी जिन्हां नूं फूड प्रोवाइड करवा रहे आ जिहड़े अंदर भुखे बैठे ने। भाजी इत्थे आ के कोई मर्जी बैठा रहे पर कोई उत्थे जा के मत करे फिर आ इत्थे बहिण नूं की मैं वी बहि जांदा आ के। मोटरसाइकल आप कढ़िया वा ते कहिंदा प्रशासन ने कढ़िया वा, मीडिया मीडिया कोल कहिंदा प्रशासन ने मोटरसाइकल कढ़ दित्ता। प्रशासन दा बंदा साडा इत्थे कोई नहीं आया, असीं तां उहदा मुंडा लभदे फिरदे आ, चौथा दिन हो गया लभ्या नहीं, लाश फुल गई पता नहीं कित्थे आ कित्थे नहीं, असीं तां उहदी मुसीबत च पए होए आ ते इहदा पीए आ के साडे नाल लड़ाइयां करन लग पिया, पहला लफड़ मारन लग पिया। ਬਾਈ ਜੀ ਤੁਸੀਂ ਇੱਕ ਮਿੰਟ ਜਦੋਂ ਇਹ ਘਟਨਾ ਘਟੀ ਸੀਗੀ ਬਾਈ ਜੀ ਤੁਸੀਂ ਉੱਥੇ ਮੌਕੇ ਤੇ ਮੌਜੂਦ ਸੀਗੇ ਜੀ? ਜਿਸ ਵਕਤ ਲੜਾਈ ਹੋਈ ਜੀ ਵੀਰ ਜੀ ਮੈਂ ਵਿੱਚ ਸੀਗੇ, ਐਸ ਐਚ ਦੇ ਸਾਹਿਬ ਦੇ ਨਾਲ ਖੜਾ ਸੀ ਬਿਲਕੁਲ ਜਦੋਂ ਇਹ ਘਟਨਾ ਵਾਪਰੀ। ਤੇ ਤੁਹਾਡਾ ਤੁਸੀਂ ਕਹਿ ਰਹੇ ਸੀ ਨਾ ਥੋੜੀ ਟਾਈਮ ਪਹਿਲਾਂ ਵੀਰ ਜੀ ਵੀ ਭਗਵੰਤ ਮਾਨ ਸਾਹਿਬ ਜੀ ਕਹਿ ਰਹੇ ਆ ਵੀ ਅਸੀਂ ਤਾਂ ਹਾੜ ਪੀੜ ਦੀ ਮਦਦ ਕਰ ਰਹੇ ਹਾਂ, ਬਿਲਕੁਲ ਸਹੀ ਆ ਭਾਜੀ ਮਦਦ ਕਰ ਰਹੇ ਹਾਂ, ਪਿਸਟਲਾਂ ਦੇ ਸਿਰ ਤੇ ਸਾਡੀ ਮਦਦ ਕਰ ਰਹੇ ਆ, ਇੱਥੇ ਸਾਨੂੰ ਆ ਕੇ ਗੋਲੀਆਂ ਵਿਖਾਉਂਦੇ ਆ, ਪਿਸਟਲ ਦਿਖਾਉਂਦੇ ਆ, ਇਹਦੇ ਹੀ ਲੀਡਰ ਆ, ਇਹ ਰਤਨ ਸਿੰਘ ਦੇ ਜਿਹੜਾ ਰਤਨ ਸਿੰਘ ਆਮ ਪਾਰਟੀ ਦਾ ਵਰਕਰ ਆ ਇਹ ਲੀਡਰ ਇਹਦੇ ਹੀ ਆ, ਇਹੀ ਸਾਨੂੰ ਤਦੇ ਹੀ ਦਿਖਾ ਕੇ ਅਸਲਾ ਦਿਖਾ ਕੇ ਤੇ ਸਾਡੀ ਮਦਦ ਕਰ ਰਿਹਾ, ਬਹੁਤ ਵਧੀਆ ਭਗਵੰਤ ਮਾਨ ਸਿੰਘ ਬਹੁਤ ਵਧੀਆ, ਗੋਲੀਆਂ ਦੇ ਸਿਰ ਤੇ ਸਾਨੂੰ ਧਮਕਾ ਰਿਹਾ ਡਰਾ ਰਿਹਾ ਸਾਨੂੰ, ਫੇਰ ਕੀ ਆ ਜੇ ਹਾੜ ਦੇ ਮਾੜੇ ਆ ਸਰਕਾਰ ਆ 5 ਸਾਲਾਂ ਡਿੱਗ ਜੂਗੀ ਫੇਰ ਸਰਕਾਰ ਕੋਈ ਹੋਰ ਹੋ ਜੂਗੀ, ਪਰ ਤੇਰੇ ਵਾਂਗੂ ਤੇਰੇ ਜਿੰਨੀ ਸੋਚ ਮਾੜੀ ਮੈਨੂੰ ਨਹੀਂ ਲੱਗਦਾ ਕੋਈ ਮਾੜੀ ਸੋਚ ਵਾਲਾ ਹੋਊਗਾ। ਭਗਵੰਤ ਮਾਨ ਸਿੰਘ ਜੇ ਮਦਦ ਕਰਨਾ ਚਾਹੁੰਦਾ ਸੀ ਨਾ ਤੇ ਇੱਦਾਂ ਪਿਸਟਲ ਨਾ ਦਿਖਾਉਂਦੇ ਤੇਰੇ ਲੀਡਰ ਆ ਤੇਰੇ ਗਨਮੈਨ ਸਾਨੂੰ ਆਣ ਕੇ ਉਲਟਾ ਸਾਡੇ 'ਤੇ ਧੱਕਾ ਸਹੀ ਨਾ ਕਰਦੇ, ਸਾਨੂੰ ਇਨਸਾਫ ਦਿੰਦੇ ਸਾਡਾ ਬੱਚਾ ਲੱਭ ਕੇ ਦਿੰਦੇ, ਇੱਦਾਂ ਨਾ 420 ਖੇਡਣ ਸਾਡੇ ਨਾਲ ਵੀ ਇਹਦੀ ਮਦਦ ਕਰ ਰਿਹਾ, ਕਿਹੜੀ ਮਦਦ ਕਰ ਰਿਹਾ ਸਾਡੀ, ਆਹ ਦੇਖੋ ਸਹੀ ਲੰਗਰ ਦਾ ਭਰਾ ਜਿਹੜੇ ਉਹ ਲਿਆ ਰਿਹਾ ਜਿਹੜੀਆਂ ਸੰਸਥਾਵਾਂ ਭਰਾ ਦੇ ਰਹੇ, ਇਹਨੇ ਕੀ ਦਿੱਤਾ ਏਰੀਏ ਨੂੰ ਕੀ ਦਿੱਤਾ ਜਦੋਂ ਤੋਂ ਲੈ ਕੇ ਬਣਿਆ ਸਾਡੇ ਬੰਨਾਂ ਦੀ ਹਾਲਾਤ ਇੰਨੇ ਖਸਤਾ ਮਾਰੀ, ਬੱਚਾ ਉੱਥੋਂ ਰੁੜਿਆ ਦੇਖੋ ਜੀ ਆਹ ਜਿਹੜਾ ਆਹ ਰੋਡ ਦੇ ਉੱਤੋਂ ਇਹ ਰੋਡ ਅੱਜ ਤੋਂ ਨਹੀਂ ਬਹੁਤ ਸਾਲਾਂ ਤੋਂ ਇਹੀ ਹਾਲ ਚੱਲ ਰਿਹਾ, ਇਹਨੂੰ ਇਹਨਾਂ ਨੇ ਕਦੇ ਉੱਚਾ ਕਰਵਾਇਆ? ਉਹ ਪੁਲ ਦੀ ਜਿਹੜੀ ਮੁਰੰਮਤ ਆ ਕਾਂਗਰਸੀ ਪਾਰਟੀ ਸੀਗੀ ਜਿਹਨਾਂ ਨੇ ਉਹ ਐਂਗਲ ਲਾਤੇ, ਨਹੀਂ ਤਾਂ ਇੱਥੇ ਬੱਚੇ ਛੱਡੇ ਸਾਰਾ ਮਾਲ ਹੀ ਰੁੜਨਾ ਸੀਗਾ ਜੀ ਉੱਥੋਂ ਪੁਲ ਦੇ ਉੱਪਰ ਨਾ ਐਂਗਲ ਲੱਗਿਆ ਹੁੰਦਾ। ਇਹ ਉਸ ਵਕਤ ਦਾ ਕੰਮ ਕੀਤਾ ਹੋਇਆ ਜਦੋਂ ਦਾ ਭਗਵੰਤ ਮਾਨ ਆਇਆ, 1-25 ਪੈਸੇ ਦਾ ਕੰਮ ਨਹੀਂ ਇਹਨੇ ਕਰਕੇ ਦਿੱਤਾ ਇੱਥੇ। ਪਰ ਬਾਈ ਜੀ ਜਿਹੜੇ ਤਮਾਮ ਕੈਬਨਿਟ ਮੰਤਰੀ ਨੇ ਵਿਧਾਇਕ ਨੇ ਉਹ ਫੋਟੋਆਂ ਤਾਂ ਬਹੁਤ ਆਪਾਂ ਦੇਖਦੇ ਹਾਂ, ਫੋਟੋਆਂ ਵਾਇਰਲ ਹੁੰਦੀਆਂ ਨੇ ਲੋਕਾਂ ਤੱਕ ਪਹੁੰਚ ਕਰਦੇ ਨੇ ਜੀ, ਇੱਥੇ ਸਾਰੇ ਲੋਕ ਖੜੇ ਆ, ਇੱਥੇ ਖੜੇ ਹੋ ਕੇ ਅਸੀਂ ਫੋਟੋ ਪਾ ਦਿੰਦੇ ਹਾਂ ਜੀ, ਸਾਡੀ ਹੈਲਪ ਕਰਤੀ ਜੀ ਉਹਨੇ ਹੈਲਪ ਕਰਤੀ ਉਹ ਹੋ ਜਾਂਦਾ, ਪਰ ਕਰਕੇ ਦਿਖਾਏ ਫਿਰ ਆ ਇੱਥੇ ਲੱਖਾਂ ਲੋਕ ਆ ਪਿੰਡ ਦੇ ਤਕਰੀਬਨ 245 ਪਿੰਡ ਆ ਜਿਹੜੇ ਇਸ ਦਰਿਆ ਦੀ ਲਪੇਟ ਦੇ ਵਿੱਚ ਆਏ ਹੋਏ ਆ, ਉਹਨਾਂ 'ਚੋਂ ਪੁੱਛ ਦਿਓ ਇੱਕ ਵੀ ਪਿੰਡ 'ਚ ਜਾ ਕੇ ਪੁੱਛੋ ਵੀ ਕਿਹੜੀ ਮਦਦ ਸਾਨੂੰ ਮਿਲੀ ਆ, ਜੇ ਮਿਲੀ ਆ ਮਦਦ ਤਾਂ ਜਿਹੜੀਆਂ ਸੰਸਥਾਵਾਂ ਬਾਹਰਲੀਆਂ ਵਾ ਆਪਣੇ ਆਮ ਪੰਜਾਬੀ ਪੰਜਾਬੀ ਭਰਾ ਆ ਉਹ ਦੇ ਆਇਆ, ਕੋਈ ਸੰਸਥਾ ਨੇ ਕਿਸੇ ਸਰਕਾਰ ਨੇ ਮਦਦ ਨਹੀਂ ਕੀਤੀ। ਜੇ ਲੋਕਲ ਪ੍ਰਸ਼ਾਸਨ ਦੀ ਆਪਾਂ ਗੱਲ ਕਰ ਲਈਏ, ਡਿਸਟ੍ਰਿਕਟ ਮੈਜਿਸਟਰੇਟ ਵੱਲੋਂ ਤੁਹਾਨੂੰ ਕੋਈ ਫੂਡ ਮਿਲਿਆ ਇੱਥੇ ਖਾਣ ਪੀਣ ਨੂੰ ਕੋਈ ਵਸਤੂ ਮਿਲੀ ਹੋਵੇ ਜੀ? ਭਾਜੀ ਮੁਲਾਜ਼ਮ ਸਾਡੇ ਲੋਹੀਆਂ ਦੇ ਇੱਕ ਐਸ ਐਚ ਆ, ਉਹਦੇ ਮੁਲਾਜ਼ਮ ਜ਼ਰੂਰ ਲੱਗੇ ਹੋਏ ਆ ਪਿੰਡ ਦੇ ਵਿੱਚ ਜੋ ਮੁਹੱਈਆ ਕਰਵਾ ਰਹੇ ਆ, ਬਾਕੀ ਇਹਨਾਂ ਦਾ ਜਿਹੜੀ ਕਹੀਏ ਠੋਸ ਸਾਨੂੰ ਪੂਰੀ ਉਪਲਬਧ ਹੈ, ਮੰਨ ਲਓ ਕੁਛ ਨਾ ਮਿਲਿਆ ਉਹ ਨਹੀਂ ਮਿਲਿਆ ਕੁਛ, ਇਸ ਕਰਕੇ ਵੀਰ ਜੀ ਸਾਨੂੰ ਇਨਸਾਫ ਚਾਹੀਦਾ, ਸਾਨੂੰ ਲੜਾਈ ਝਗੜਾ ਨਹੀਂ ਚਾਹੀਦਾ, ਅਸੀਂ ਬਹੁਤ ਮੁਸੀਬਤ ਦੇ ਪਹਿਲਾਂ ਮਾਰੇ ਹੋਏ ਆ, ਸਾਡੇ ਨੁਕਸਾਨ ਪਹਿਲਾਂ ਹੀ ਬਹੁਤ ਹੋਏ ਹੋਏ ਆ। ਹੁਣ ਬਾਈ ਜੀ ਇੱਥੇ ਤੁਹਾਡੀ ਅੱਤ ਦੀ ਗਰਮੀ ਦੇ ਵਿੱਚ ਤੁਸੀਂ ਬੈਠੇ ਹੋ, ਮੁਰਦਾਬਾਦ ਦੀ ਨਾਅਰੇਬਾਜ਼ੀ ਵੀ ਕਰ ਰਹੇ ਹੋ, ਹੁਣ ਮੰਗ ਕੀ ਰੱਖੀ? ਕੋਈ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਨਾਲ ਮਿਲਿਆ ਜਾਂ ਉਹਨਾਂ ਨਾਲ ਗੱਲਬਾਤ ਕੀਤੀ ਤੁਸੀਂ? ਵਿਸ਼ਵਾਸ ਐਸ ਬੱਚਾ ਲੱਭਦੇ ਫਿਰਦੇ ਹਾਂ, ਅਸੀਂ ਆਪਦਾ ਬੱਚਾ ਲੱਭਦੇ, ਸਾਡੇ ਲੜਾਈ ਕਰਕੇ ਉਹ ਜਾ ਕੇ ਦਾਖਲ ਹੋ ਗਿਆ, ਸਾਨੂੰ ਡਰ ਨਹੀਂ ਗਾ, ਸਾਡੇ ਨਾਲ ਕੀ ਮਦਦ ਕੀਤੀ ਉਹਨੇ? ਤੁਸੀਂ ਦੱਸੋ, ਤੁਸੀਂ ਵਾਰ ਵਾਰ ਤੁਹਾਨੂੰ ਪੁੱਛਦੇ ਕਾ ਕੀਤਾ ਕਿੱਦਾਂ ਹੋਈ, ਤੁਹਾਨੂੰ ਦੱਸਿਆ ਅਸੀਂ ਵੀ ਸਾਡੀ ਉਹਨੇ ਭੈਣ ਨੂੰ ਗਾਲਾਂ ਕੱਢੀਆਂ, ਗਾਲਾਂ ਕੱਢੀਆਂ ਤਾਂ ਉਹਨੇ ਧੱਕਾ ਮੁੱਕੀ ਕੀਤਾ ਤਾਂ ਲੜਾਈ ਹੋਈ ਆ, ਅਸੀਂ ਹੁਣ ਬਸ ਤੂੰ ਤੂੰ ਆਪਦੀ ਭੈਣ ਨੂੰ ਕੋਲ ਖੜੋ ਕੇ ਕਟਾ ਲਏਗਾ, ਕਟਾ ਲਏਗਾ, ਅਸੀਂ ਉਹਨੂੰ ਮਨ ਫੜਿਆ ਦੋ ਮਾਰੀਆਂ ਉਦੋਂ ਜਾ ਕੇ ਦਾਖਲ ਹੋ ਗਿਆ, ਰਤਨ ਸਿੰਘ ਲੈ ਕੇ ਦਾਖਲ ਹੋ ਗਿਆ, ਇੱਥੇ ਬਹਿ ਕੇ ਗੱਲ ਕਰਦਾ ਸਰਦਾਰ ਐਸ ਐਚ ਓ ਸਾਹਿਬ, ਇੱਥੇ ਆ ਮੁਲਾਜ਼ਮ ਕੋਲ ਹੈ ਜੋ ਇਹ ਗੱਲਬਾਤ ਹੋਈ ਆ, ਉਹਨਾਂ ਨੇ ਪੁੱਛ ਸਕਦੇ, ਤੁਸੀਂ ਵਾਰ ਵਾਰ ਉਹ ਗੱਲ ਕਰਦੇ ਪ੍ਰਸ਼ਾਸਨ ਪ੍ਰਸ਼ਾਸਨ, ਸਾਨੂੰ ਤਾਂ ਆਪਦੀ ਮੁਸੀਬਤ ਅਸੀਂ ਉਹਨਾਂ ਦੀ ਗੱਲ ਰੱਖ ਰਹੇ ਜੀ, ਉਹ ਰਤਨ ਸਿੰਘ ਕਾਕੜਕਾਲਾ ਕੱਲ੍ਹ ਸਾਨੂੰ ਇੱਥੇ ਸ਼ਾਮੀ ਮਿਲੇ, ਉਹ ਕਹਿੰਦੇ ਅਸੀਂ ਪਹਿਲੇ ਦਿਨ ਤੋਂ ਹੀ ਬੈਠੇ ਹਾਂ ਜੀ ਇੱਥੇ, ਉਹਨਾਂ ਦਾ ਇਹ ਕਹਿਣਾ ਜੀ ਮਤ ਕੀਤੀ ਆ ਸਾਡੇ ਨਾਲ ਮੁੰਡਾ ਵਧਾਉਣ ਦੀ ਕੋਈ ਮਤ ਕੀਤੀ ਕੋਈ? ਉਹ ਤਾਂ ਲੰਗਰ ਪਾਣੀ ਜ਼ਿਆਦਾ ਦੇ ਰਹੇ, ਥੋੜ੍ਹਾ ਦੇ ਰਹੇ, ਬਾਕੀ ਮੁਲਾਜ਼ਮ ਕੱਢ ਰਹੇ ਆ, ਮੁਲਾਜ਼ਮ ਬੰਦਿਆਂ ਨੂੰ ਜਨਤਾ ਨੂੰ ਬਾਹਰ ਕੱਢ ਰਹੇ ਆ ਜਿੱਥੇ ਡਿਊਟੀ ਮੁਲਾਜ਼ਮ। ਮੇਰਾ ਇੱਕ ਸਵਾਲ ਆ, ਸਰਕਾਰੀ ਬੋਰਡ ਦੀ ਗੱਲ ਕਰ ਲਈਏ, ਕਿਸ਼ਤੀਆਂ ਦੀ ਗੱਲ ਕਰ ਲਈਏ, ਪ੍ਰਸ਼ਾਸਨ ਵੱਲੋਂ ਕਿੰਨੀਆਂ ਕਿਸ਼ਤੀਆਂ ਤੁਹਾਨੂੰ ਮਿਲੀਆਂ? ਕਿਸ਼ਤੀ ਨਹੀਂ ਆਈ ਸਾਨੂੰ, ਇੱਕ ਵੀ ਨਹੀਂ ਆਈ, ਅੱਜ ਉੱਥੋਂ 6 ਕਿਲੋ ਮਿਲੀ ਸਾਨੂੰ, ਉਹ ਵੀ 6 ਕਿਲੋ ਮੰਤਰੀ ਨੇ ਬੁਲਾਈ, ਕੋਈ ਸਾਡੇ ਬੱਚਾ ਲੱਭਣ ਵਾਸਤੇ ਸਾਨੂੰ ਕੋਈ ਕਿਸ਼ਤੀ ਨਹੀਂ ਮਿਲੀ, ਗੋਤਾਖੀਰ ਖੋਰਾਂ ਦੀ ਕੋਈ ਟੀਮ ਲੱਗੀ? ਕੋਈ ਵੀ ਨਹੀਂ ਆਇਆ, ਕੋਈ ਵੀ ਨਹੀਂ ਆਇਆ, ਅਸੀਂ ਆਪ 5-7 ਭਰਾ ਜਿੰਨੇ ਵੀ ਲੱਭਣ ਡਏ ਆ, ਚਾਹੇ ਮੇਰੇ ਪਿੰਡ ਦੇ ਬੰਦੇ ਆਪਾਂ ਉਹਦੀ ਮੁਸੀਬਤ ਪਈ ਆ, ਕੋਈ ਕਦੇ ਮੱਝਾਂ ਲੈ ਗਿਆ, ਕੋਈ ਕਦੇ ਕਿੱਥੇ ਲੈ ਗਿਆ, ਸਾਡੇ ਆਪਦੀ ਮੁਸੀਬਤ ਫਸੀ ਹੋਈ ਆ।
फोटो खिचा के जाते हैं सवाल करते भाई हेल्प क्यों नहीं कर रहे भाई जो अं सवाल करते पिस्टल कट लेंगे सवाल की करिए अगो गोलियां मारन आदि अं सवाल सवाल पुछण दे मारे साढ़े ते 420 कर जांदे आ की सवाल किसी नूं पुछिए भाजी प्रशासनिक अधिकारी तुहानूं लैण आए उन्हां नाल कोई सहमति बन रही तुहाडी जी एसएचओ साहब सानूं विश्वास दवा रहे आ भी जिहड़ा उह तुहाडे नाल होया उत्थे लड़ाई झगड़ा जो पिस्टल दा रौला वा उह बंदा दाखल जरूर होया पर तुहाडे ते कानूनी कार्रवाई नहीं होऊगी उहने पिस्तौल कढ़िया कार्रवाई उहदे ते होनी चाहीदी उल्टा साढ़े ते कहंदे पर एसएचओ सानूं विश्वास दवा रहे आ भी तुहाडे ते कोई किसे तरहां दी कानूनी कार्रवाई नहीं होऊगी ते इस करके अं हूँ ज हजे तक तो तकरीबन क्लीयर कोई गल हो नहीं रही सामने जो थोड़े मीडिया के वो बंदा आके कहूगा फिर सानू विश्वास होगा उस तरह सानू वो बंदे ते विश्वास तो है नहीं क्योंकि साढ़े ना 420 खेड के इतों जो जा दाखिल हो सकता वो अगे हो सकता की करूँगा भाजी कोई इंसाफ नहीं मिल रहा सानू इधर प्रशासनिक अधिकारी ने तस्वीर तुम्हें दिखा दें कि जोड़ा रोड बंद कर दिता गया है तो इन्हों की एक एक मंग है कि जोड़ा एक अर्शदीप की जी डेड बॉडी लभण की मंग इन्होंने वालों रखी जा रही है तो प्रशासनिक अधिकारियों भी गल करते हाँ जी हाँ जी सर हाँ जी दसो ये सर उन्हों का रोस है जी वो केंद्र भी साढ़े न हो रहा धक्का भी मतलब नजायज परचे होने का सू डर सता रहा उन्होंने मंग है करके धुप च बैठे ने देखो इदा की कोई गल अजे तक सामने नहीं आई पुछ पड़ताल तो कि परचा होने का कोई डर होजे कोई परचे का डर नहीं है इन्हों की आपसी सुलह हो चली है आपसे सियाने बंदे दो चार मिल के गल कर लैन आपसी सुलह हो जानी बाकी जो ट्रैक्टर वगैरह लाया जिन्होंने भी लाया इन्होंने तो परसों रात मैं आप उतों पानी चो एवैकुएट करके लिया सारे पुछो इन्हों सारे बैठे आ मैं खुद परसनली बोट से जाके सारे क्ड के लिया हूँ जो मर्जी कही जाना पर उन्होंने शिकवा यही है वो कहते भी असं जिन जिमें लेडी सी उन्होंने गलत बोले जे रतन सिंह काकड़ कलां के पीए साहब है वो कहते गलत बोले तो करके सिचुएशन इदा की बनी हालात ना इदा कहते परचे तक नौबत नहीं आई अज तक इन्हों की जो परचे तक नौबत आई होंगी तो फिर आप इदा थोड़ी देखना ही ऐसा कोई गल नहीं है इन्हों का राजीनामा हो जाना एक सर सवाल यह भी है कहते भी असं अपने लैवल से जो है ना डेड बॉडी की भाल कर रहे हैं सानू प्रशासन वालों कोई सहयोग ही नहीं मिल रहा जी पूरा सहयोग दिता NDRF के 6 बोटा लगिया इतने मेरी प्रायोरिटी ऑफ टास्क यह है कि जोड़े लोग पहले जिंदा है ना उन्होंने कढ़ना प्रायोरिटी ऑफ टास्क इन्हों फिर भी 2 बोटा मैं दतिया भी चलो तो ही सर्च कर लो हूँ इस जगह पर जिथे डेड बॉ जिथे एक्सपैक्टेड है डेड बॉडी उत्थे नहीं डेड बॉडी क्योंकि पानी का फ्लो 2 दिन तो इधर न चल रहा हूँ डेड बॉडी यह कहें इतने डिगे इतने इतने नहीं डिगा इतने डिगा होएगा पर बॉडी कितने होर मिलनी वो आप इसलिए सर्च का अपना कोर्स ऑफ एक्शन चेंज करिए सर्च ऑपरेशन कि दूरी तक चलिया प्रशासन की जो गल करिए प्रशासनिक तौर पर जरूर दस्यो कि सर्च ऑपरेशन कि दूरी तक चल मतलब चलिया लगभग 16 पिंड मैं परसनल अपन बोटा के नाल वो किए सर्च आउट किए सर्च भी किए राशन डिस्ट्रीब्यूट किया मेडिसिन वंडिया लोगों जिन्हें लोगों की जरूरत ही चारा पहुँचाया लोगों के घर तक वो सारा सर्च के नाल ही है परसनली एक वो चीज़ को नहीं लैके चल सकते आप चीज़ को परसनल 6 बोटा मैं उत्थे ला दा तो उन्होंने मैं सर्च करा तो जिंदा लोग मैं मारदा इदा नहीं हो सकता ना डेड बॉडी लैके जी उन्हों का भी शिकवा कहते 4 दिन हो गए वो कहते हालात अजे बने एक मां रोंदी करवाई है भी भाई मेरे बच्चे की डेड बॉडी ही प्रोवाइड करवा दो उ मिल जाए तो बहुत है जी बिल्कुल सही प्रशासन ने अपनी पूरी कोशिश की है DC साहब दी टीम SSP साहब दी टीम होर प्रशासन दी सारियां टीम अपनी अपनी जगह पर काम कर रही हैं सिविल जिहड़ियां अपनी ऑर्गनाइजेशन आई हैं संस्थावां आई हैं डोनर्स आए हैं सारे अपना अपना काम कर रहे हैं तो हुण इह ते कुदरती है कि वह डेड बॉडी नहीं मिल रही हुण सर वो जिहड़े धुप च बैठे ने पंजाब सरकार मुर्दाबाद के नारे लगा रहे हैं मौके पर SHO तुसीं हो तुहाडी सहमति क्यों नहीं बढ़ रही तुसीं क्यों नहीं उन्होंने सैटिस्फाइड कर पा रहे देखो मैं सैटिस्फाई करता उन्होंने मुंडे को रिवालवर जिहा इक लिया ही वह वापस कर देने लगे मैं कहा तुहाडा राजीनामा ही है बस काम खत्म ना वो हूँ अगे वध रहे ना तो ही वधो हूँ धरना एक हल नहीं हैगा धरना धरना इज नॉट अ सोल्यूशन जिन्हों आप कह दिए कि धरना एक सोल्यूशन है धरना ला के हल निकले आओ उन्हें की हल निकलू मैं दसा पिस्टल इन्हों को पिया हो जी हाँ दे रहे हूँ कहते वापस वो होगी तो जिन्हों को हैगा देंगे जी हाँ देंगे कहते देने लगे जी सो SHO यादविंदर सिंह जी तो सीधे तौर पर इन्होंने कहा कि प्रशासन वालों इन्हों की मदद की जा रही है तो असं भी यही उम्मीद करते हैं कि परमात्मा मेहर करे जे अर्शदीप जिंदा ही वापस घर परते आए जे रब न भाणा मंजू रब का भाणा मन के जेकर परिवार वालों जिहड़ा अर्शदीप की डेड बॉडी की भाल की जा रही है तो परमात्मा आप सहाई हो के उस नौजवान की डेड बॉडी जरूर जी इस परिवार को मिले असं भी यही उम्मीद करते हैं तो हुण जिहड़ियां एक बार तस्वीर तुहानूं दिखा दिंदे हां कि प्रशासन वालों जिहड़ा परिवार के नाल सहमति जिहड़ी ओह करन दी कोशिश की जा रही है तो देखण योग होएगा कि कदों अर्शदीप की ज
जिहड़ी डेड बॉडी मिलती है जां अर्शदीप जिंदा घर परतदा है ये तो आने वाला वक्त ही बयान करेगा। पंजाबी लोक चैनल के लिए सिमरनजीत सिंह ढिल्लों लोइयां खास।